ਇੱਕ ਪਾਸੇ ਦਿੱਲੀ ਦੀ ਬਰੂਆ ਤੇ ਕਿਸਾਨ ਜਥੇਬੰਦੀ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੈਠੇ ਹੋਏ ਨੇ ਅਤੇ ਕਿਸਾਨਾਂ ਨੂੰ ਬਾਰਡਰ ਉੱਤੇ ਬੈਠੇ 7 ਮਹੀਨੇ ਦਾ ਸਮਾਂ ਹੋ ਚੁੱਕਿਆ, ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੂਰੇ ਪੰਜਾਬ ਵਿੱਚ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਅਪੀਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਖੇਤੀ ਸੁਧਾਰ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਤੱਕ ਦਿੱਲੀ ਦੀ ਬਰੂਆ ਤੋਂ ਉੱਠਣ ਵਾਲੇ ਨਹੀਂ ਆ। ਅੰਮ੍ਰਿਤਸਰ ਤੋਂ ਮਨੋਜ ਭਗਤ ਦੀ ਰਿਪੋਰਟ, ਲਾਈਵ ਭਾਰਤ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ ਬੋਲਦਾ ਜੀ। ਅੱਜ 26 ਜੂਨ ਆ, ਜੋ ਖੇਤੀ ਦੇ ਕਾਲੇ ਕਾਨੂੰਨਾਂ ਨਾਲ ਜਿਹੜਾ ਮਸ਼ਹੂਰ ਆ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਦੇ ਵਿੱਚ ਜਿਹੜਾ 26 ਨਵੰਬਰ ਤੋਂ ਮੋਰਚੇ ਲੱਗੇ ਸਨ, ਉਹਨਾਂ ਨੂੰ ਅੱਜ 7 ਮਹੀਨੇ ਪੂਰੇ ਹੋ ਚੁੱਕੇ ਨੇ। ਉਹਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਡੀਸੀ ਦਫ਼ਤਰਾਂ 'ਤੇ ਵੱਡੇ ਇਕੱਠ ਕਰਕੇ ਅਤੇ ਰੋਸ ਮੁਜ਼ਾਹਰਾ ਕਰਕੇ ਪੁਤਲੇ ਫੂਕ ਕੇ ਮੋਦੀ ਦੇ, ਸ਼ਾਹ ਦੇ, ਤੋਮਰ ਸਾਹਿਬ ਦੇ ਵਿੱਚੇ, ਕੈਪਟਨ ਸਾਹਿਬ ਦੇ ਪੰਜਾਬ ਦੀ ਸਰਕਾਰ ਦੇ, ਅਤੇ ਉਹਦੇ ਤੋਂ ਬਾਅਦ ਜਿਹੜਾ ਵਾ ਡੀਸੀ ਸਾਹਿਬ ਨੂੰ ਮੰਗ ਪੱਤਰ ਜਿਹੜਾ ਵਾ ਗਵਰਨਰ ਸਾਹਿਬ ਦੇ ਨਾਂ 'ਤੇ, ਰਾਸ਼ਟਰਪਤੀ ਦੇ ਨਾਂ 'ਤੇ ਭੇਜੇ ਜਾਣਗੇ ਵੀ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਡੀਜ਼ਲ ਪੈਟਰੋਲ ਦੀਆਂ ਕੀਮਤਾਂ ਬਹੁਤ ਚੜ ਗਈਆਂ ਵਾ, ਇਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ। ਪੰਜਾਬ ਦੀ ਸਰਕਾਰ ਨੂੰ ਵਾ ਕਿ ਬਿਜਲੀ 8 ਘੰਟੇ ਜਿਹੜੀ ਪੈਡੀਸੀਜਨ ਦੇਣੀ ਆ, ਉਹਦੇ 'ਤੇ ਜਿਹੜਾ ਵਾ ਬਹੁਤ ਘੱਟ ਆਉਂਦੀ ਆ, ਉਹਦਾ ਪ੍ਰਬੰਧ ਕੀਤਾ ਜਾਵੇ। ਟਰਾਂਸਫਾਰਮ ਸੜਦੇ ਆ, ਉਹਨਾਂ ਦਾ ਮੌਕੇ 'ਤੇ ਪ੍ਰਬੰਧ ਕੀਤਾ ਜਾਵੇ। ਰਿਸ਼ਵਤ ਦਾ ਬੋਲਬਾਲਾ ਵਾ, ਇਹ ਸਾਰਾ ਕੁਛ ਜਿਹੜਾ ਵਾ ਅੱਜ ਇਹ ਪ੍ਰੋਗਰਾਮ ਲਿਖਿਆ ਗਿਆ ਸੀ, ਉਹਨੂੰ ਜਾਣ ਦੇਵਾਂਗੇ। ਨਰਿੰਦਰ ਤੋਮਰ ਜੀ ਵੱਲੋਂ ਬਿਆਨ ਆਇਆ, ਜਿਹੜਾ ਉਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਕਿ ਕਾਨੂੰਨ ਰੱਦ ਨਹੀਂ ਹੋਣੇ, ਮੀਟਿੰਗ ਦੁਬਾਰਾ ਕਰ ਲੈਂਦੇ? ਨਰਿੰਦਰ ਸਿੰਘ ਤੋਮਰ ਜਿਹੜਾ ਵਾ ਬਹੁਤ ਵੱਡੇ ਅਹੁਦੇ 'ਤੇ ਬੈਠਾ, ਮੈਂ ਕਈ ਵਾਰ ਪਹਿਲਾਂ ਵੀ ਇਹ ਕਿਹਾ ਸੀ ਵੀ ਜਿੱਡੇ ਵੱਡੇ ਅਹੁਦੇ 'ਤੇ ਬੈਠੇ ਨੇ, ਸੋਚ ਦਾ ਸਮਝ ਦਾ ਪੱਧਰ ਉਸ ਅਹੁਦੇ ਦੇ ਨਾਲ ਇਨਸਾਫ ਨਹੀਂ ਕਰ ਰਿਹਾ। ਕਿ 1 ਸਾਲ ਤੋਂ ਵੱਧ 4 ਜੂਨ ਤੋਂ ਲਗਾਤਾਰ ਐਜੀਟੇਸ਼ਨ ਕਰ ਰਹੇ ਲੋਕ, ਅਤੇ 7 ਮਹੀਨੇ ਅੱਜ ਹੋ ਗਏ ਦਿੱਲੀ ਵਿੱਚ ਬੈਠਿਆਂ ਨੂੰ, ਅਤੇ ਪੂਰਾ ਨਾ ਪੰਜਾਬ ਨਾ ਹਰਿਆਣਾ, ਪੂਰੇ ਭਾਰਤ ਨੇ, ਪੂਰੀ ਦੁਨੀਆ ਦੇ ਵਿੱਚ ਇਹਦਾ ਸੇਕ ਜਾਣ ਡਿਆ, ਅਤੇ ਉਹਨਾਂ ਦੇ ਬਿਆਨ ਕਿਤੇ ਨਾ ਕਿਤੇ ਕਿਸੇ ਪਿੱਟੇ ਉਹੀ ਆਉਣ ਡੇ ਨੇ ਕਿ ਕਾਨੂੰਨ ਰੱਦ ਨਹੀਂ ਹੋਣੇ, ਇਹਨੂੰ ਸੋਧ ਕਰਵਾ ਲਓ। ਇਹ ਤਾਂ ਐਜੀਟੇਸ਼ਨ ਹੋਇਆ ਇਸ ਕਰਕੇ ਆ ਵੀ ਕਾਨੂੰਨ ਸਾਨੂੰ ਚਾਹੀਦੇ ਨੇ, ਰੱਦ ਹੀ ਹੋਣੇ ਆ, ਅਤੇ ਉਹਦੇ ਵਿੱਚ ਵੱਡਾ ਸੇਕ ਭਾਜਪਾ ਦੀ ਸਰਕਾਰ ਨੂੰ ਲੱਗਾ ਵਾ। ਜਿੰਨਾ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਇਹ ਸਾਰੇ ਮੁੱਦੇ ਮੂੰਹ ਪਏ ਨੇ। ਯੂਪੀ ਦੇ ਵਿੱਚ ਬੜੀ ਸ਼ਰਮ ਦੀ ਗੱਲ ਆ ਕਿ ਉੱਥੇ ਭਾਜਪਾ ਦੀ ਸਰਕਾਰ ਹੁੰਦਿਆਂ ਹੋਇਆਂ ਪੰਚਾਇਤ ਇਲੈਕਸ਼ਨ ਹਾਰ ਗਏ ਨੇ, ਅਤੇ ਹਾਲੇ ਵੀ ਕਿਤੇ ਉਹੋ ਜਿਹੇ ਬਿਆਨ ਦੇ ਜਾਣ 'ਤੇ ਉਹ ਬਈ ਉਹਨਾਂ ਦੀ ਸਮਝ ਦਾ ਪੱਧਰ ਆ। ਹਾਲੇ ਵੀ ਸਰਕਾਰ ਕਿਤੇ ਲੋਕਾਂ ਦੇ ਨਾਲ ਬਹਿ ਕੇ ਵਿਚਾਰ ਕਰ ਲਏ ਅਤੇ ਥੋੜ੍ਹਾ ਬਹੁਤਾ ਇਹਨਾਂ ਦੀ ਜਿਹੜੀ ਆ ਉਹ ਸਾਖ ਬਚ ਸਕਦੀ ਆ। ਬਾਕੀ ਲੋਕ ਤਾਂ ਲਗਾਤਾਰ ਇਸ ਮੂਡ ਦੇ ਵਿੱਚ ਨੇ ਕਿ ਚਾਹੇ 2024 ਤੱਕ ਲੜਨਾ ਪਵੇ, ਚਾਹੇ ਉਸ ਤੋਂ ਵੀ ਅੱਗੇ ਜਾ ਕੇ ਲੜਨਾ ਪਵੇ, ਆਪਣੇ ਪ੍ਰਬੰਧ ਕਰ ਲਏ ਨੇ, ਆਪਣੀਆਂ ਡਿਊਟੀਆਂ ਇਹਨਾਂ ਨੇ ਲਾ ਲਈਆਂ ਨੇ, ਆਪਣੇ ਗਰੁੱਪਾਂ ਦੇ ਵਿੱਚ ਲਗਾਤਾਰ ਅੰਦੋਲਨ ਦੇ ਵਿੱਚ ਜਿਹੜੇ ਨੇ ਉਹ ਦਿੱਲੀ ਦੇ ਵਾਸਤੇ ਜਥੇ ਜਾਣ ਡੇ ਆ। 5 ਜੁਲਾਈ ਨੂੰ ਆਪਣਾ ਅੰਮ੍ਰਿਤਸਰ ਤੋਂ ਵੱਡਾ ਜਥਾ ਦਿੱਲੀ ਵਾਸਤੇ ਜਾਊਗਾ। ਅੱਜ ਅੰਮ੍ਰਿਤਸਰ 'ਚ ਕੀ ਪ੍ਰੋਗਰਾਮ ਲਿਖਿਆ ਗਿਆ ਜੀ? ਅੱਜ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਨਹੀਂ, ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਆਪਾਂ ਇਕੱਠੇ ਹੋ ਕੇ ਅਤੇ ਜਿਹੜਾ ਵਾ ਪੁਤਲਾ ਫੂਕਾਂਗੇ, ਰੋਸ ਪ੍ਰਦਰਸ਼ਨ ਕਰਾਂਗੇ, ਅਤੇ ਉਹ ਤੋਂ ਬਾਅਦ ਡੀਸੀ ਰਾਹੀਂ ਜਿਹੜਾ ਵਾ ਮੰਗ ਪੱਤਰ ਜਿਹੜੇ ਆ ਗਵਰਨਰ ਸਾਹਿਬ ਤੱਕ ਅਤੇ ਰਾਸ਼ਟਰਪਤੀ ਤੱਕ ਭੇਜਣ ਦਾ ਇਹ ਪ੍ਰੋਗਰਾਮ ਸੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ 'ਚ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ, ਗਵਰਨਰ ਦੇ ਘਰ ਦੇ ਬਾਹਰ ਦਾ ਘਿਰਾਓ ਵੀ ਕੀਤੇ ਜਾਂਦੀਆਂ ਗੱਲਾਂ ਸਾਹਮਣੇ ਆ ਰਹੀਆਂ, ਉਸ ਨੂੰ ਕਿਸ ਤਰ੍ਹਾਂ ਦੇਖੋ? ਹਾਂ ਵੇਖੋ, ਵੱਖ ਵੱਖ ਆ, ਹੁਣ ਸੰਯੁਕਤ ਮੋਰਚੇ ਨੇ ਜੋ ਐਲਾਨ ਕੀਤਾ ਵਾ ਉਹ ਆਪਣਾ ਗਵਰਨਰ ਸਾਹਿਬ ਦੇ ਕੋਲ ਗਏ ਨੇ, ਠੀਕ ਆ। ਅਸਾਂ ਆਪਣਾ ਜਿਹੜਾ ਅਸੀਂ ਤੋਂ ਬਾਹਰ ਜਿਹੜਾ ਉਹ ਤਾਲਮੇਲ ਨਾਲ ਲੜਨ ਦੇ ਹਾਂ, ਸਾਡੀ ਸਟੇਜ ਵੀ ਵੱਖਰੀ ਚੱਲਦੀ ਆ, ਗ੍ਰਾਂ ਸਾਹਿਬ ਦੀ ਸਾਡੀ ਵੱਖਰੀ ਚੱਲਦੀ ਆ, ਅਤੇ ਆਪਣਾ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਸੀ ਵੀ ਆਪਾਂ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਪਹਿਲੋਂ ਘਿਰਾਓ ਕਰਾਂਗੇ, ਘਿਰਾਓ ਨਹੀਂ ਕਰਾਂਗੇ, ਉੱਥੇ ਪ੍ਰਦਰਸ਼ਨ ਕਰਾਂਗੇ ਅਤੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕਰਕੇ ਅਤੇ ਆਪਣਾ ਮੰਗ ਪੱਤਰ ਜਿਹੜਾ ਡੀਸੀ ਰਾਹੀਂ ਰਾਸ਼ਟਰਪਤੀ ਅਤੇ ਗਵਰਨਰ ਸਾਹਿਬ ਤੱਕ ਭੇਜਦੇ ਕਰਾਂਗੇ।